जे मुकतसर की जंग की गल करा तो धन गुरु कलगीधर पिता महाराज जी ने उत्थे खिताब दिते सी मेरा 5000 मेरा 5000 मेरा 10000 मेरा 20000 मेरा 30000 मेरा 50000 जिन्ने कदम कोई अगे होके लड़िया सी सतगुरु ने उन्ने हजारी दे खिताब दे दिते अको सतनाम श्री ये मेरा 5000 ਇਹ ਖਿਤਾਬ ਹੁੰਦੇ ਸੀ ਜਦੋਂ ਕੋਈ 5000 ਫੌਜ ਦਾ ਸਰਦਾਰ ਹੁੰਦਾ ਸੀ ਨਾ ਉਹ ਕਹਿੰਦਾ ਮੈਂ 5000 ਹਾਂ ਜਦੋਂ ਪ੍ਰਮੋਸ਼ਨ ਹੋ ਜਾਂਦੀ ਸੀ ਕਹਿੰਦਾ ਹੁਣ ਮੈਂ 10000 ਹਾਂ ਜਦੋਂ ਪ੍ਰਮੋਸ਼ਨ ਹੋ ਜਾਂਦੀ ਸੀ ਕਹਿੰਦਾ ਮੈਂ 20000 ਹਾਂ ਅਖੀਰ ਤੇ ਜਾ ਕੇ ਕਹਿੰਦਾ ਸੀ ਮੈਂ 50000 ਹਾਂ ਤੇ ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਉਹ ਖਿਤਾਬ ਦਿੱਤੇ ਸਨ ਹਰ ਖਿੱਤੇ ਦੇ ਅੰਦਰ ਇੱਕ ਸਨਮਾਨ ਹੈ ਫਿਲਮਾਂ ਦੇ ਆਪਣੇ ਸਨਮਾਨ ਨੇ ਖੇਡਾਂ ਦੇ ਆਪਣੇ ਸਨਮਾਨ ਨੇ ਰਾਜਨੀਤੀ ਦੀ ਦੁਨੀਆ ਦੇ ਆਪਣੇ ਸਨਮਾਨ ਨੇ ਫੌਜ ਦੇ ਅੰਦਰ ਬਹਾਦਰੀ ਦੇ ਆਪਣੇ ਸਨਮਾਨ ਨੇ ਵੱਡੇ ਤੋਂ ਵੱਡੇ ਸਨਮਾਨ ਜਨਰਲ ਸ਼ਬੇਗ ਸਿੰਘ ਨੂੰ ਪ੍ਰਾਪਤ ਹੋਏ ਪਰ ਇੱਕ ਚੀਜ਼ ਨੂੰ ਸਮਝਿਆ ਜੀ 73 ਦੇ ਅੰਦਰ 71 ਦੇ ਵਿੱਚ 90000 ਫੌਜੀਆਂ ਦੇ ਕੋਲ ਹਥਿਆਰ ਸਟਵਾਏ 73 ਦੇ ਅੰਦਰ ਇੰਦਰਾ ਗਾਂਧੀ ਕਹਿੰਦੀ ਹੈ ਵੀ ਜੈ ਪ੍ਰਕਾਸ਼ ਨਾਰਾਇਣ ਨੂੰ ਗ੍ਰਿਫਤਾਰ ਕਰਨਾ ਹੈ ਕਹਿੰਦੇ ਬੀਬੀ ਜੀ ਕਿਉਂ ਕਹਿੰਦੀ ਸ਼ੁਭੇਗ ਸਿੰਘ ਉਹਨੂੰ ਗ੍ਰਿਫਤਾਰ ਕਰਨਾ ਹੈ ਕਿਉਂਕਿ ਉਹ ਮੇਰਾ ਸਿਆਸੀ ਦੁਸ਼ਮਣ ਹੈ ਕਹਿੰਦੇ ਪਰ ਇਹਦੇ ਵਿੱਚ ਫੌਜ ਦਾ ਕੀ ਕੰਮ ਹੈ ਅਕੋ ਸਤਨਾਮ ਸ੍ਰੀ ਆਹ ਹੁੰਦੀ ਹੈ ਜੁਰਤ ਤੇ ਦਲੇਰੀ ਕਹਿੰਦੇ ਬੀਬੀ ਦੁਸ਼ਮਣ ਤੇਰਾ ਹੈ ਉਹ ਸਿਆਸੀ ਫੌਜ ਤੇ ਇਹਨਾਂ ਕੰਮਾਂ ਨੂੰ ਨਹੀਂ ਹੁੰਦੀ ਫੌਜ ਤੇ ਦੇਸ਼ ਦੀ ਰਾਖੀ ਦੇ ਲਈ ਹੁੰਦੀ ਹੈ ਪਰ ਉਹ ਤੇਰਾ ਸਿਆਸੀ ਦੁਸ਼ਮਣ ਹੈ ਉਹਨੂੰ ਫੌਜ ਕਿਉਂ ਗ੍ਰਿਫਤਾਰ ਕਰੇਗੀ ਬੀਬੀ ਕਹਿੰਦੀ ਕਿਉਂਕਿ ਸਟੇਟ ਦੀ ਜਿਹੜੀ ਪੁਲਿਸ ਹੈ ਉਹ ਬਾਗੀ ਹੋ ਗਈ ਹੈ ਸਟੇਟ ਦੀ ਜਿਹੜੀ ਪੁਲਿਸ ਹੈ ਉਹ ਬਾਗੀ ਹੋ ਗਈ ਹੈ ਮੇਰਾ ਹੁਕਮ ਨਹੀਂ ਮੰਨਦੀ ਇਸ ਕਰਕੇ ਮੈਂ ਚਾਹੁੰਦੀ ਹਾਂ ਕੰਮ ਤੂੰ ਕਰ ਕਹਿੰਦੇ ਫੌਜ ਦਾ ਇਹ ਕੰਮ ਨਹੀਂ ਹੁੰਦਾ ਬੀਬੀ ਕਹਿੰਦੀ ਮੈਂ ਨਾ ਸ਼ਬਦ ਕਦੀ ਸੁਣਿਆ ਨਹੀਂ ਨਾ ਜਿਹੜਾ ਨਾ ਮੈਂ ਕਦੀ ਸੁਣਿਆ ਨਹੀਂ ਹੁਣ ਇੱਥੋਂ ਇੱਕ ਚੀਜ਼ ਨੂੰ ਸਮਝ ਆ ਗਈ ਜਿਹੜੇ ਪੁੱਛਦੇ ਆ ਨਾ ਵੀ ਜਨਰਲ ਸ਼ਬੇਗ ਸਿੰਘ ਦਰਬਾਰ ਸਾਹਿਬ ਦੀ ਧਰਤੀ ਦੇ ਉੱਪਰ ਜੁਰਤ ਦੇ ਨਾਲ ਲੜੇ ਮੈਂ ਕਹਿੰਦਾ ਇਕੱਲਾ ਦਰਬਾਰ ਸਾਹਿਬ ਨਾ ਵੇਖੋ ਮੇਰੀ ਬੇਨਤੀ ਹੈ ਉਸ ਤੋਂ ਪਹਿਲਾਂ ਪਿਛੋਕੜ ਵੇਖੋ ਵੀ ਕੀ ਹੈ ਕਿ 45 ਦੇ ਵਿੱਚ ਸੈਕਿੰਡ ਵਰਲਡ ਵਾਰ ਨਹੀਂ ਲੜੇ ਬੋਲੋ ਬਈ 65 ਦੇ ਅੰਦਰ ਚਾਈਨਾ ਨਾਲ ਨਹੀਂ ਧਿਆਨ ਦਿਆ ਜੀ ਹੁਣ ਇਹਨਾਂ ਚੀਜ਼ਾਂ ਨੂੰ ਸਮਝਣਾ ਪੈਣਾ ਵਾਹਿਗੁਰੂ 62 ਦੇ ਅੰਦਰ ਚਾਈਨਾ ਦੇ ਨਾਲ 65 ਦੇ ਵਿੱਚ ਪਾਕਿਸਤਾਨ ਦੇ ਨਾਲ ਤੇ 71 ਦੇ ਵਿੱਚ ਬੰਗਲਾਦੇਸ਼ ਦੇ ਨਾਲ ਅੱਜ ਉਹ ਕਹਿੰਦਾ ਬੀਬੀ ਜੈ ਪ੍ਰਕਾਸ਼ ਨਾਰਾਇਣ ਤੇਰਾ ਸਿਆਸੀ ਦੁਸ਼ਮਣ ਹੈ ਇਹਦੇ ਵਿੱਚ ਫੌਜ ਦਾ ਕੋਈ ਕੰਮ ਨਹੀਂ ਫੌਜ ਇਹ ਕੰਮ ਕਿਉਂ ਕਰੇਗੀ ਬਈ ਫੌਜ ਤੇ ਫਿਰ ਸਿਆਸੀ ਬੰਦਿਆਂ ਦੇ ਅੰਡਰ ਹੋ ਗਈ ਨਾ ਅੱਜ ਉਹ ਤੇਰਾ ਸਿਆਸੀ ਦੁਸ਼ਮਣ ਹੈ ਉਹਨੂੰ ਫੌਜ ਕਾਬੂ ਕਰੇਗੀ ਕੱਲ ਨੂੰ ਉਹ ਪਾਵਰ ਵਿੱਚ ਆ ਗਿਆ ਹੋ ਸਕਦਾ ਉਹ ਕਹੇ ਵੀ ਹੁਣ ਇਹ ਮੇਰੇ ਸਿਆਸੀ ਦੁਸ਼ਮਣ ਨੇ ਫੌਜ ਤੇ ਇਹਨਾਂ ਕੰਮਾਂ ਦੇ ਵਿੱਚ ਲੱਗ ਗਈ ਇਹ ਕੰਮ ਨਹੀਂ ਹੋਣਾ ਫਿਰ ਪਤਾ ਕੀ ਹੋਇਆ ਸੀ 2500 ਰੁਪਈਏ ਦਾ ਇੱਕ ਗਿਫਟ ਜਿਹਨੂੰ ਆਧਾਰ ਬਣਾ ਕੇ ਤੇ ਕਰਪਸ਼ਨ ਦਾ ਕੇਸ ਪਾਇਆ ਗਿਆ ਸੀ ਅਕੋ ਸਤਨਾਮ ਸ੍ਰੀ 2500 ਰੁਪਈਆ ਕਿੰਨੀ ਕੁ ਰਕਮ ਹੈ 2500 ਰੁਪਈਆ ਜਿਹਨੇ 90000 ਫੌਜੀਆਂ ਦੇ ਹਥਿਆਰ ਸਟਵਾ ਦਿੱਤੇ 71 ਦੀ ਜੰਗ ਵੇਲੇ ਵੱਡੇ ਤੋਂ ਵੱਡੇ ਸਨਮਾਨ ਪ੍ਰਾਪਤ ਹੋਏ ਅੱਜ ਉਹਨੂੰ 2500 ਰੁਪਈਏ ਦਾ ਤੂੰ ਗਿਫਟ ਲਿਆ ਇਹ ਕਰਪਸ਼ਨ ਹੈ ਤੇ ਕਰਪਸ਼ਨ ਦਾ ਕੇਸ ਪਾ ਕੇ ਇਹਨਾਂ ਨੂੰ ਜ਼ਲੀਲ ਕੀਤਾ ਗਿਆ ਇਹਨਾਂ ਨੂੰ ਜ਼ਲੀਲ ਕੀਤਾ ਗਿਆ ਮੈਂ ਇੱਥੇ ਥੋੜ੍ਹਾ ਜਿਹਾ ਦੱਸ ਦੇਣਾ ਚਾਹੁੰਦਾ ਵਾਂ ਪਤਨੀ ਕੈਂਸਰ ਦੀ ਮਰੀਜ਼ ਹੋ ਗਈ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਗਿਆ ਸੁਣਦੇ ਜਾਇਆ ਜੇ ਜਨਰਲ ਸ਼ਬੇਗ ਸਿੰਘ ਦੀ ਗੱਲ ਕਰਦਾ ਵਾਂ ਯੂਨੀਅਰ ਜਿਹੜੇ ਨੇ ਸੀਨੀਅਰ ਲਾ ਦਿੱਤੇ ਜਿਹੜੇ ਯੂਨੀਅਰ ਸੀ ਨਾ ਅੱਗੇ ਉਹ ਸੀਨੀਅਰ ਲਾ ਦਿੱਤੇ ਤੇ ਕੇਸ ਲਮਕਾਇਆ ਗਿਆ ਲਮਕਾਇਆ ਕਦੋਂ ਤੱਕ ਗਿਆ ਜਦੋਂ ਉਹਨਾਂ ਨੇ ਰਿਟਾਇਰ ਹੋਣਾ ਸੀ 76 ਦੇ ਅੰਦਰ ਕੇਸ ਲਮਕਾਇਆ ਗਿਆ ਤੇ ਕੇਸ ਦਾ ਫੈਸਲਾ ਕਦੋਂ ਆਇਆ ਧਿਆਨ ਦੇ ਕੇ ਸੁਣਦੇ ਜਾਇਆ ਜੇ 1 ਮਈ 1976 ਨੂੰ ਉਹਨਾਂ ਨੇ ਰਿਟਾਇਰ ਹੋਣਾ ਤੇ 30 ਅਪ੍ਰੈਲ 1976 ਨੂੰ ਫੈਸਲਾ ਆ ਜਾਂਦਾ ਵੀ ਇਹਨਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਇੱਕ ਦਿਨ ਪਹਿਲਾਂ ਮਹਿਸੂਸ ਕਰੋ ਕਦੀ ਇੱਕ ਏਡੇ ਵੱਡੇ ਫੌਜੀ ਦਾ ਜਿਹਨੇ ਇੰਨੀਆਂ ਜੰਗਾਂ ਲੜੀਆਂ ਹੁਣ ਦੇਸ਼ ਦੇ ਲਈ ਉਹਦਾ ਏਡਾ ਵੱਡਾ ਅਪਮਾਨ ਉਹਨੂੰ ਅੰਦਰੋਂ ਤੋੜਿਆ ਜਾ ਰਿਹਾ ਇੱਕ ਦਿਨ ਪਹਿਲਾਂ ਡਿਸਮਿਸ ਕਰ ਦਿੱਤਾ ਗਿਆ ਗਜ਼ਬ ਦੀ ਗੱਲ ਹੈ
मैं थोड़ा जिहा इत्थे वेरवा दे दियां ताकि उस तो बाद गल विच ना किते रह जावे। जदों जनरल शबेक सिंह की शहादत हो जाती है ना, उस तो बाद सुप्रीम कोर्ट उन्हां नूं बरी कर दिंदी है। गजब की गल वेखो, गजब की गल वेखो, जदों शहीदी हो जाती है उस तो बाद सुप्रीम कोर्ट उन्हां नूं बरी कर दिंदी है। हुण इस कोर्ट दे विच्चों बरी होण जां ना होण, मैनूं लगता है भी अगली कोर्ट जिहड़ी अगली कचहरी है ना, उहदे विच्चों बड़े सुरखरू होके निकल गए ने। अको सतनाम श्री वाहिगुरू।